ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਕਿਸਾਨ ਸਿਖਲਾਈ ਮੇਲੇ ਲਗਾ ਕੇ ਕਿਸਾਨਾਂ ਨੂੰ ਕਿਸਾਨੀ ਪ੍ਰਤੀ ਜਾਗਰੂਕ ਕਰਨ ਦਾ ਹਮਲਾ ਮਾਰਿਆ ਜਾ ਰਿਹਾ ਹੈ, ਉੱਥੇ ਹੀ ਕਿਸਾਨ ਆਗੂਆਂ ਵੱਲੋਂ ਇਹਨਾਂ ਨੂੰ ਮਹਿਜ ਇੱਕ ਡਰਾਮਾ ਦੱਸਦਿਆਂ ਖਾਨਾ ਪੂਰਤੀ ਦਾ ਨਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਫਾਜ਼ਿਲਕਾ ਵਿੱਚ ਸੋਮਵਾਰ ਨੂੰ ਅਨਾਜ ਮੰਡੀ ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਮੇਲੇ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਉਦੇ ਸਿੰਘ ਕੁੜਿਆਣਾ ਨੇ ਇਹਨਾਂ ਮੇਲਿਆਂ ਨੂੰ ਮਹਿਜ ਇੱਕ ਡਰਾਮਾ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਮੇਲੇ ਕਿਸਾਨਾਂ ਦੀ ਸਹੂਲਤ ਲਈ ਘੱਟ ਅਤੇ ਸਰਕਾਰੀ ਖਾਨਾ ਪੂਰਤੀ ਜ਼ਿਆਦਾ ਹਨ। ਉਹਨਾਂ ਕਿਹਾ ਕਿ ਅਜਿਹੇ ਮੇਲਿਆਂ ਦਾ ਫਾਇਦਾ ਕਿਸਾਨਾਂ ਨੂੰ ਘੱਟ ਹੁੰਦਾ ਹੈ ਅਤੇ ਜੋ ਖੇਤੀਬਾੜੀ ਔਜ਼ਾਰਾਂ ਨਾਲ ਸੰਬੰਧਿਤ ਵਪਾਰੀ ਵਰਗ ਮੇਲੇ ਵਿੱਚ ਸਟਾਲਾਂ ਲਗਾਉਣ ਆਉਂਦੇ ਹਨ, ਉਹਨਾਂ ਨੂੰ ਇਹਨਾਂ ਮੇਲਿਆਂ ਦਾ ਫਾਇਦਾ ਜ਼ਿਆਦਾ ਹੁੰਦਾ ਹੈ। ਆਓ ਸੁਣਦੇ ਹਾਂ ਹੋਰ ਕੀ ਕਿਹਾ ਕਿਸਾਨ ਆਗੂ ਉਦੇ ਸਿੰਘ ਕੁੜਿਆਣਾ ਨੇ। ਕਰਕੇ ਗਏ ਹਨ ਪ੍ਰਦੂਸ਼ਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਰਿਪੋਰਟਾਂ ਆ ਗਈਆਂ, ਕਿਸਾਨਾਂ ਨੇ 8% ਪ੍ਰਦੂਸ਼ਣ ਕਰਨਾ ਪਰਾਲੀ ਨਾਲ, 92% ਪ੍ਰਦੂਸ਼ਣ ਹੋਰ ਸੋਰਸਿਸ ਤੋਂ ਹੋਣਾ ਹੈ, ਪਰ 92% ਪ੍ਰਦੂਸ਼ਣ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਹੜਾ ਪਟਾਕਿਆਂ ਦਾ ਪ੍ਰਦੂਸ਼ਣ ਹੈ, ਆਹ ਹੁਣ ਸਾਡੇ ਜਲਾਲਾਬਾਦ ਹਲਕੇ ਦਾ ਚੋਣ ਹੋ ਰਹੀ ਹੈ ਔਰ 22 ਤਰੀਕ ਨੂੰ ਇਹਦਾ ਰਿਜ਼ਲਟ ਆਉਣਾ ਹੈ, ਇਹਦੇ ਵਿੱਚ ਅਣਗਿਣਤ ਪਟਾਕੇ ਚੱਲਣੇ ਆ। ਮੈਨੂੰ ਦੱਸੋ ਉਹਨਾਂ ਪਟਾਕਿਆਂ ਦਾ ਕੀ, ਉਹ ਕਿ ਸ਼ੌਕੀਆ ਪ੍ਰਦੂਸ਼ਣ ਹੈ। ਆਹ ਪਰਸੋਂ ਕੱਲ੍ਹ ਨੂੰ ਦੁਸਹਿਰੇ ਦੇ ਵਿੱਚ ਜਿਹੜਾ ਪ੍ਰਦੂਸ਼ਣ ਕੀਤਾ ਜਾਣਾ ਉਹ ਸ਼ੌਕੀਆ ਪ੍ਰਦੂਸ਼ਣ ਹੈ, ਉਹਦਾ ਕੋਈ ਵੀ ਫਾਇਦਾ ਨਹੀਂ ਔਰ ਕਿਸੇ ਨੂੰ ਕੋਈ ਮਜਬੂਰੀ ਨਹੀਂ ਉਹਦੀ, ਅਤੇ ਕਿਸਾਨ ਦੀ ਮਜਬੂਰੀ ਆ ਪਰਾਲੀ ਨੂੰ ਅੱਗ ਲਾਉਣਾ, ਕਿਸਾਨ ਪਰਾਲੀ ਨੂੰ ਅੱਗ ਲਾਉਣਗੇ। ਅਸੀਂ ਤਾਂ ਕਿਸਾਨਾਂ ਨੂੰ ਇਹ ਕਹਿਣ ਆਏ ਹਾਂ ਵੀ ਜਿਹਦੇ ਤੋਂ ਨਹੀਂ ਹੱਲ ਹੁੰਦਾ ਉਹ ਅੱਗ ਲਾਓ, ਔਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਉਹਦੇ ਨਾਲ ਖੜੀ ਹੈ ਕਿਸਾਨਾਂ ਦੇ, ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਕਿਸੇ 'ਤੇ ਕੋਈ ਪਰਚਾ ਹੋਵੇ, ਕੋਈ ਹੋਵੇ, ਅਸੀਂ ਪਹਿਲਾਂ ਅੱਗੇ ਹੋਵਾਂਗੇ, ਪਹਿਲਾਂ ਸਾਡੇ 'ਤੇ ਪਰਚਾ ਹੋਊਗਾ। ਮੈਂ ਉੱਥੇ ਸਰਕਾਰਾਂ ਵੱਲੋਂ ਜਿਹੜੀਆਂ ਸਬਸਿਡੀਆਂ ਦੇ ਕੇ ਦਿੱਤੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ, ਕੀ ਪਰਾਲੀ ਨਾ ਸਾੜੋਗੇ ਉਹਦਾ? ਕਿਸਾਨਾਂ ਨੂੰ ਕੋਈ ਸਬਸਿਡੀ ਨਹੀਂ ਮਿਲੀ, ਕਿਸੇ ਭਰਾ ਨੂੰ ਸਿਪਾਹੀ ਕੋਈ ਸਬਸਿਡੀ ਨਹੀਂ ਮਿਲੀ, ਕਿਸੇ ਨੂੰ ਕੋਈ ਸਬਸਿਡੀ ਨਹੀਂ ਮਿਲੀ। ਡਰਾਮੇਬਾਜ਼ੀ ਆ ਔਰ ਧੋਖੇਬਾਜ਼ੀ ਆ ਕਿਸਾਨਾਂ ਨਾਲ। ਕੈਂਪਾਂ ਦਾ ਫਾਇਦਾ ਹੈ ਕੋਈ ਨਹੀਂ ਮਿਲਣਾ, ਕੈਂਪਾਂ ਦਾ ਕੋਈ ਨਹੀਂ ਫਾਇਦਾ ਮਿਲਣਾ, ਕੈਂਪਾਂ ਦਾ ਕੋਈ ਇਹਨਾਂ ਫਾਇਦਾ, ਕੈਂਪਾਂ ਦਾ ਫਾਇਦਾ ਹੈਗਾ ਉਹਨਾਂ ਨੂੰ ਜਿਹਨਾਂ ਨੇ TADA ਬਣਾਉਣੇ ਆ, ਹੋਰ ਕਿਸੇ ਨੂੰ ਕੋਈ ਫਾਇਦਾ ਨਹੀਂ। ਤੇ ਤੁਸੀਂ ਮੌਜੂਦ ਜੇ ਤੇ ਕੀ ਦੱਸਿਆ ਗਿਆ ਜੇ ਕਿ ਦੱਸਣ ਆਏ ਆ? ਅਸੀਂ ਟਾਈਮ ਲੈਣਾ ਸਟੇਜ ਤੋਂ ਔਰ ਉਸ ਵੇਲੇ ਦੱਸਾਂ ਤੁਹਾਨੂੰ ਕੀ ਦੱਸਣਾ, ਉਸ ਵੇਲੇ ਮੈਂ ਤੁਹਾਨੂੰ ਦੱਸੂਗਾ ਮੈਂ ਕੀ ਦੱਸਣਾ। ਤੁਹਾਡੇ ਵੱਲੋਂ ਕੀ ਮੰਗ ਸੀ ਪ੍ਰਤੀ ਏਕੜ, ਸਾਨੂੰ ਕੀ ਹਿਸਾਬ ਨਾਲ ਮੌਕੇ ਦੀ ਜੇ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ? ਅਸੀਂ ਇਹ ਚਾਹੁੰਦੇ ਹਾਂ ਸਰਕਾਰ ਆਪਦੇ ਬੇਲਰ ਲਾ ਲਏ ਔਰ ਪਰਾਲੀ ਲੈ ਜੇ ਚੱਕ ਕੇ ਫਰੀ, ਅਸੀਂ ਕੁਝ ਦੱਸ ਸਕਦੇ ਕੋਈ ਪੈਸੇ ਨਹੀਂ, ਉਹ ਬਸ, ਹੋਰ ਅਸੀਂ ਕੁਛ ਨਹੀਂ ਚਾਹੁੰਦੇ, ਅਤੇ ਨਹੀਂ ਤਾਂ ਅਸੀਂ ਅੱਗ ਲਾਵਾਂਗੇ ਹੀ ਲਾਵਾਂਗੇ। ਆਹ ਜਿਹੜੀ 2-2 ਲੱਖ ਦੀ ਮਸ਼ੀਨ, ਕਿਹੜਾ 4 ਕਿੱਲਿਆਂ ਵਾਲਾ, 5 ਕਿੱਲਿਆਂ ਵਾਲਾ ਕਿਸਾਨ, ਕਿਸਾਨ ਤਾਂ ਖੁਦਕਸ਼ੀਆਂ ਕਰ ਰਿਹਾ ਔਰ ਇਹ ਮਸ਼ੀਨ ਇੰਨੀ ਮਹਿੰਗੀ ਮਸ਼ੀਨ ਖਰੀਦੂ ਕੌਣ? ਮੈਂ ਖੁਦ 17 ਕਿੱਲਿਆਂ ਦਾ ਮਾਲਕ ਹਾਂ ਔਰ ਮੈਂ ਅੱਜ ਤੱਕ, ਮਤਲਬ ਇਹ ਚੀਜ਼ ਮੈਂ ਮੇਰੇ ਵੱਸੋਂ ਬਾਹਰ ਹੈ ਔਰ ਜਿਹੜੇ ਛੋਟੇ ਕਿਸਾਨ ਉਹ ਵਿਚਾਰੇ ਕਿੱਥੋਂ ਲੈਣਗੇ, ਕਿ 2-2, 4-4 ਕਿੱਲਿਆਂ ਵਾਲੇ ਐਸੇ ਲਾ ਲੈਂਦੇ ਆਪਣੇ ਬਾਰਡਰ ਪੱਟੀ ਦੇ, ਜਾਂ ਜਿਹਨਾਂ ਨੂੰ ਬਾਰਡਰ ਦੀ ਤਾਰ ਤੋਂ ਪਾਰ ਜਿਹਨਾਂ ਨੂੰ ਆਪਣੇ 6-9 ਤੋਂ ਲੈ ਕੇ 5 ਤੱਕ ਜਾਣ ਦਾ ਹੁਕਮ ਕਰਦਾ, ਉਹ ਕਿੱਥੋਂ ਲੈ ਲੈਣਗੇ? ਬਹੁਤ ਬਹੁਤ ਧੰਨਵਾਦ।